ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮੀਤ ਬਾਜਵਾ। ਦੋਸਤੋ, ਮੇਰੇ ਸਾਈਡ ਤੇ ਸਕਰੀਨ ਦੇ ਉੱਪਰ ਇੱਕ ਤੁਸੀਂ ਵੀਡੀਓ ਚੱਲਦੀ ਦੇਖ ਰਹੇ ਹੋਗੇ। ਇਹ ਵੀਡੀਓ ਅੱਜ ਇੰਸਟਾਗ੍ਰਾਮ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇ ਉੱਪਰ ਇੱਕ ਅਜਿਹਾ ਗਾਣਾ ਲੱਗਾ ਹੈ ਜਿਸ ਦੇ ਨਾਲ ਇਹਨਾਂ ਬੰਦਿਆਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਕਿ ਇਹਨਾਂ ਬੰਦਿਆਂ ਪੰਜਾਬ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੋਵੇ, ਕਿ ਇਹ ਬੰਦੇ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਨੇ। ਸਹੀ ਗੱਲ ਹੈ, ਇਹ ਸਾਰੇ ਬੰਦੇ ਪੰਜਾਬ ਤੋਂ ਬਿਲੋਂਗ ਕਰਦੇ ਨੇ। ਇਹਨਾਂ ਬੰਦਿਆਂ ਨੂੰ ਵਧਾਈ, ਇਹਨਾਂ ਬਹੁਤ ਤਰੱਕੀ ਕੀਤੀ, ਪਰ ਇਹਨਾਂ ਬੰਦਿਆਂ ਵੱਲੋਂ ਕਦੇ ਵੀ ਪੰਜਾਬ ਦੇ ਹੱਕ 'ਚ ਕੋਈ ਆਵਾਜ਼ ਨਹੀਂ ਉਠਾਈ ਗਈ। ਪਿੱਛੇ ਜਦੋਂ ਕਿਸਾਨੀ ਸੰਘਰਸ਼ ਹੋਇਆ, ਇਹਨਾਂ ਕੋਆਪਰੇਟ ਘਰਾਣਿਆਂ ਵਿੱਚੋਂ ਕੋਈ ਵੀ ਇੱਕ ਬੰਦਾ ਜੋ ਪੰਜਾਬ ਦੇ ਹੱਕ ਵਿੱਚ ਨਹੀਂ ਭੁਗਤਿਆ। ਜਿਹੜਾ ਹੁਣ ਕਿਸਾਨੀ ਸੰਘਰਸ਼ ਹੋਇਆ, ਉਸ ਦੇ ਵਿੱਚ ਵੀ ਇਹਨਾਂ ਬੰਦਿਆਂ ਵੱਲੋਂ ਕੋਈ ਆਵਾਜ਼ ਨਹੀਂ ਚੁੱਕੀ ਗਈ। ਇਹ ਬੰਦਿਆਂ ਤਰੱਕੀ ਕੀਤੀ, ਯੁੱਗ ਯੁੱਗ ਜੀਣ ਇਹ ਬੰਦੇ, ਪਰ ਸਾਨੂੰ ਪੰਜਾਬੀਆਂ ਨੂੰ ਇਹਨਾਂ ਬੰਦਿਆਂ ਤੇ ਕੋਈ ਨਾਜ ਨਹੀਂ ਹੈ, ਕਿਉਂਕਿ ਇਹ ਬੰਦਿਆਂ ਨੇ ਅੱਜ ਤੱਕ ਪੰਜਾਬ ਦੇ ਹੱਕ ਵਿੱਚ ਕਦੇ ਵੀ ਆਵਾਜ਼ ਨਹੀਂ ਚੱਕੀ। ਇਹਨਾਂ ਬੰਦਿਆਂ ਕੋਲ ਚਾਹੇ ਜਿੰਨਾ ਵੀ ਪੈਸਾ ਹੈ, ਪਰ ਇਹ ਬੰਦੇ ਕਦੇ ਵੀ ਪੰਜਾਬ ਵਾਸਤੇ ਨਹੀਂ ਖੜੇ। ਤੁਸੀਂ ਇੰਟਰਨੈਟ ਤੇ ਸਰਚ ਮਾਰ ਕੇ ਦੇਖ ਸਕਦੇ ਜੋ ਇਹਨਾਂ ਬੰਦਿਆਂ ਨੇ ਇੱਕ ਰੁਪਏ ਵੀ ਪੰਜਾਬ ਵਾਸਤੇ ਦਾਨ ਨਹੀਂ ਕੀਤਾ। ਸਿਰਫ ਤੇ ਸਿਰਫ ਓਲਾ ਕੈਬ ਨੂੰ ਛੱਡ ਕੇ, ਓਲਾ ਕੈਬ ਦਾ ਜੋ ਮਾਲਕ ਹੈ, ਉਸ ਵੱਲੋਂ 1 ਕਰੋੜ ਰੁਪਏ ਪਿੱਛੇ ਜੇ ਸੀਐਮ ਰਿਲੀਫ ਫੰਡ ਦੇ ਵਿੱਚ ਦਿੱਤਾ ਗਿਆ ਸੀ। ਬਾਕੀ ਕਿਸੇ ਵੀ ਬੰਦੇ ਵੱਲੋਂ 1 ਰੁਪਏ ਪੰਜਾਬ ਨੂੰ ਦਾਨ ਨਹੀਂ ਕੀਤਾ ਗਿਆ। ਇਹਨਾਂ ਦੇ ਪੈਸੇ ਦਾ ਇਹਨਾਂ ਨੂੰ ਭਾਅ ਹੈ, ਪੰਜਾਬੀਆਂ ਨੂੰ ਕੋਈ ਭਾਅ ਨਹੀਂ ਹੈ। ਇਹਨਾਂ ਦੀ ਇਸ ਤਰੀਕੇ ਨਾਲ ਛਵੀ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤੀ ਜਾ ਰਹੀ ਹੈ ਕਿ ਜਿੱਦਾਂ ਇਹਨਾਂ ਬੰਦਿਆਂ ਪੰਜਾਬ ਦਾ ਨਾਂ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੋਵੇ। ਪੰਜਾਬ ਦੇ ਵਿੱਚ ਹੋਰ ਵੀ ਕਰੋੜਾਂ ਕਾਰੋਬਾਰੀ ਨੇ, ਲੱਖਾਂ ਕਾਰੋਬਾਰੀ ਨੇ, ਪਰ ਆਪਾਂ ਇਹਨਾਂ ਬੰਦਿਆਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਇਹ ਬੰਦਿਆਂ ਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਹਨਾਂ ਬੰਦਿਆਂ ਨੇ ਪੰਜਾਬ ਦਾ ਕਿੱਡਾ ਵੱਡਾ ਨਾਂ ਚਮਕਾ ਦਿੱਤਾ ਹੋਵੇ ਦੁਨੀਆਂ ਤੇ। ਇਹਨਾਂ ਤਰੱਕੀ ਕੀਤੀ ਹੋਊਗੀ, ਆਪਦੇ ਵਾਸਤੇ ਕੀਤੀ ਹੋਊਗੀ, ਆਪਦੇ ਘਰ ਵਾਸਤੇ ਕੀਤੀ ਹੋਊਗੀ। ਕਦੇ ਵੀ ਪੰਜਾਬੀਆਂ ਦੇ ਹੱਕ ਵਿੱਚ ਇਹ ਲੋਕ ਨਹੀਂ ਖੜੇ, ਨਾ ਹੀ ਇਹਨਾਂ ਤੋਂ ਕੋਈ ਪੰਜਾਬੀਆਂ ਨੂੰ ਉਮੀਦ ਹੈ। ਸੋ ਜਿਹੜੇ ਵੀਰ ਮੇਰੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਆ, ਉਹ ਵੀਰ ਮੇਰੇ ਜ਼ਰੂਰ ਇਹਨਾਂ ਦੇ ਹਿਸਟਰੀ ਪੜ੍ਹਨ, ਕਿਉਂਕਿ ਇਹਨਾਂ ਵਿੱਚੋਂ ਇੱਕ ਬੰਦਾ ਜੋ ਹੈ ਜੈੱਟ ਏਅਰਵੇਅਰ ਦਾ ਮਾਲਕ ਹੈ, ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਬੰਦ ਆ। ਉਸ ਵੱਲੋਂ ਕੈਨਰਾ ਬੈਂਕ ਦੇ ਨਾਲ 538 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਆ। ਉਸ ਮਸਲੇ ਦੇ ਵਿੱਚ ਉਸ ਤੋਂ ਵਿਜੀਲੈਂਸ ਨੇ, CBI ਨੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਉਹ ਬੰਦਾ 1 ਸਾਲ ਤੋਂ ਜੇਲ੍ਹ ਵਿੱਚ ਬੰਦ ਆ। ਇਹੋ ਜਿਹੇ ਬੰਦਿਆਂ ਨੂੰ ਸਾਡੇ ਲੋਕ ਪ੍ਰਮੋਟ ਕਰ ਰਹੇ ਆ, ਇਸ ਤਰ੍ਹਾਂ ਦੀ ਇਹਨਾਂ ਬੰਦਿਆਂ ਦੀ ਛਵੀ ਪੇਸ਼ ਕਰ ਰਹੇ ਆ ਕਿ ਪਤਾ ਨਹੀਂ ਪੰਜਾਬ ਵਾਸਤੇ ਕਿੱਡੀ ਵੱਡੀ ਇਹਨਾਂ ਨੇ ਮੱਲ ਮਾਰ ਦਿੱਤੀ ਆ। ਜੇ ਤੁਸੀਂ ਸ਼ੇਅਰ ਕਰਨੀ ਆ ਵੀਡੀਓ ਮਹਾਰਾਜਾ ਰਣਜੀਤ ਸਿੰਘ ਦੀ ਕਰੋ, ਮਹਾਰਾਜਾ ਦਲੀਪ ਸਿੰਘ ਦੀ ਕਰੋ, ਹੋਰ ਸਾਡੇ ਕਿੱਡੇ ਕਿੱਡੇ ਯੋਧੇ ਖਿਡਾਰੀ ਪੰਜਾਬ ਵਾਸਤੇ ਹੋਏ ਨੇ, ਉਹਨਾਂ ਦੀਆਂ ਵੀਡੀਓ ਸ਼ੇਅਰ ਕਰੋ। ਇਹਨਾਂ ਕੋਆਪਰੇਟ ਘਰਾਣਿਆਂ ਦੀਆਂ ਵੀਡੀਓ ਸ਼ੇਅਰ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੋ? ਸਾਡੇ ਲੋਕ ਵੀ ਕਮੈਂਟ ਕਰ ਰਹੇ ਨੇ ਉਸ ਉੱਤੇ, ਬਾਈ ਨਾਈਸ ਗੁੱਡ, ਨਾਈਸ ਗੁੱਡ। ਉਹਨਾਂ ਵੀਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਇਹਨਾਂ ਪੰਜਾਬ ਵਾਸਤੇ ਜਾਂ ਤੁਹਾਡੇ ਵਾਸਤੇ ਕੀ ਕੀਤਾ? ਤੁਹਾਨੂੰ ਲੋਕਾਂ ਨੂੰ ਇਹਨਾਂ ਦੀ ਅਮੀਰੀ ਦਾ ਕੀ ਫਾਇਦਾ? ਜਾਂ ਤੇ ਇਹਨਾਂ ਪੰਜਾਬ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੋਵੇ, ਦਾਨ ਕੀਤਾ ਹੋਵੇ ਪੈਸਾ? ਇਹਨਾਂ ਵਿੱਚੋਂ 1-2 ਲੋਕਾਂ ਦੀਆਂ ਸੰਸਥਾਵਾਂ ਵੀ ਹਨ, ਉਹ ਦਾਨ ਕਰਦੇ ਆ। ਸਿਰਫ ਉਹ ਆਪਦੇ ਮੰਤਵ ਵਾਸਤੇ ਦਾਨ ਕਰਦੇ ਆ, ਆਪਦੇ ਕਾਲੇ ਧਨ ਨੂੰ ਵਾਈਟ ਕਰਨ ਵਾਸਤੇ ਦਾਨ ਕਰਦੇ ਆ, ਨਾ ਕਿ ਉਹ ਪੰਜਾਬ ਦੇ ਵਿੱਚ ਦਾਨ ਕਰਦੇ ਆ। ਪੰਜਾਬ ਤੋਂ ਬਾਹਰ ਇਹਨਾਂ ਲੋਕਾਂ ਦੀਆਂ ਸੰਸਥਾਵਾਂ ਚੱਲ ਰਹੀਆਂ ਨੇ, ਜਿੱਦਾਂ ਕਿ ਮਹਿੰਦਰਾ ਗਰੁੱਪ ਹੈ। ਮਹਿੰਦਰਾ ਗਰੁੱਪ ਕਾਫੀ ਵੱਡਾ ਗਰੁੱਪ, ਮਹਿੰਦਰਾ ਉਹ ਬੰਬੇ ਦੇ ਜੰਪਲ ਹੈ, ਇੱਥੋਂ ਦੇ ਜੰਪਲ ਨਹੀਂ ਆ, ਸ਼ਾਇਦ ਉਹ ਇੱਥੋਂ ਦੇ ਜੰਪਲ ਨਹੀਂ ਆ। ਇਸ ਕਰਕੇ ਉਹਨਾਂ ਦੇ ਵਿੱਚੋਂ ਪੰਜਾਬ, ਪੰਜਾਬੀਅਤ ਖਤਮ ਹੋ ਚੁੱਕੀ ਆ, ਕਿਉਂਕਿ ਪੰਜਾਬੀ ਉਹ ਹੀ ਹੁੰਦਾ ਜੋ ਆਪਣਾ ਦਸਵੰਧ ਗਰੀਬਾਂ ਨੂੰ ਦਾਨ ਕਰਦਾ। ਪੰਜਾਬੀਆਂ ਦੇ ਖੂਨ ਦੇ ਵਿੱਚ ਹੁੰਦਾ ਕਿ ਦਾਨ ਕਰਨਾ, ਪੁੰਨ ਕਰਨਾ। ਮਹਿੰਦਰਾ ਐਡਾ ਵੱਡਾ ਗਰੁੱਪ ਆ, ਪਰ ਪੰਜਾਬ ਵਾਸਤੇ ਉਹਨੇ ਅੱਜ ਤੱਕ ਕੱਖ ਨਹੀਂ ਕੀਤਾ, ਸਗੋਂ ਉਹਨਾਂ ਨੇ ਹੋਰ ਇੰਡੀਆ ਦੇ ਵਪਾਰੀਆਂ ਦੇ ਨਾਲ ਰਲ ਕੇ ਪੰਜਾਬ ਨੂੰ ਲੁੱਟਣ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ, ਪੰਜਾਬ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ ਉਹ ਲੋਕ।
ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਅਸੀਂ ਕਿਸ ਬੰਦੇ ਨੂੰ ਪ੍ਰਮੋਟ ਕਰ ਰਹੇ ਹਾਂ। ਇਹ ਵੀਡੀਓ ਨਾਲ ਦੀ ਨਾਲ ਸਕਰੀਨ ਤੇ ਚੱਲ ਰਹੀ ਹੈ, ਤੁਸੀਂ ਪੰਜ ਬੰਦੇ ਦੇਖ ਸਕਦੇ ਜੋ ਜੇ ਇਹਨਾਂ ਪੰਜਾਬ ਵਾਸਤੇ ਕੁਝ ਕੀਤਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਜੋ। ਇਹਨਾਂ ਲੋਕਾਂ ਨੇ ਪੰਜਾਬ ਦਾ 1 ਰੁਪਏ ਦਾ ਫਾਇਦਾ ਨਹੀਂ ਅੱਜ ਤਾਈਂ ਕੀਤਾ, ਨੁਕਸਾਨ ਕੀਤਾ ਹੋਊਗਾ, ਕਿਉਂਕਿ ਇਹ ਲੋਕ ਕੋਪਰੇਟ ਘਰਾਣਿਆਂ ਦੇ ਨਾਲ ਮਿਲ ਕੇ ਪੰਜਾਬ ਨੂੰ ਲੁੱਟਣਾ ਚਾਹੁੰਦੇ, ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਆ। ਇਹਨਾਂ ਲੋਕਾਂ ਵੱਲੋਂ ਆਪਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਲਾਈਆਂ ਜੋ ਪੰਜਾਬ ਦੇ ਵਾਤਾਵਰਨ ਨੂੰ, ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰ ਰਹੀਆਂ ਹਨ। ਇੰਨੀਆਂ ਕੀ ਬੇਨਤੀਆਂ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਵਾਂ, ਜੇ ਮੇਰੀ ਕੋਈ ਗੱਲ ਗਲਤ ਲੱਗੀ ਹੋਵੇ ਤੇ ਮਾਫ਼ ਕਰਨਾ, ਪਰ ਇੱਕ ਵਾਰ ਜ਼ਰੂਰ ਵਿਚਾਰ ਕਰਨਾ ਇਸ ਗੱਲ 'ਤੇ।